ਵਿਰਾਸਤ ਟੀਵੀ ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਵੱਲੋਂ ਪਿਆਰ ਭਰੀ ਸਤਸ੍ਰੀਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਅਰਦਾਸ ਜਿੱਤ ਕਿਤੇ ਹੋਵੋ ਪ੍ਰਮਾਤਮਾ ਅਕਾਲ ਪੁਰਖ ਦੀ ਰਜ਼ਾ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੋਵੋ ਦੋਸਤੋ ਪ੍ਰੋਗਰਾਮ ਦੇ ਵਿੱਚ ਸਾਡੀ ਇੱਕ ਕੋਸ਼ਿਸ਼ ਹੈ ਕਿ ਤੁਹਾਨੂੰ ਉਮਦਾ ਸਾਹਿਤ ਦੇ ਰੂਪ ਰੂਪ ਕਰਵਾਇਆ ਜਾਏ ਉਹ ਸਾਹਿਤ ਸਭਿਆਚਾਰਕ ਹੋ ਸਕਦਾ ਹੈ ਉਹ ਧਾਰਮਿਕ ਹੋ ਸਕਦਾ ਹੈ ਜਾਂ ਕਿਸੇ ਹੋਰ ਸ਼੍ਰੇਣੀ ਦੇ ਵਿੱਚ ਹੋ ਸਕਦਾ ਕਹਾਣੀ ਕਥਾ ਨਾਵਲ ਗਜ਼ਲ ਗੀਤ ਸਫਰਨਾਮਾ ਜਾਂ ਸਵੈਜੀਵਣੀ ਦੇ ਰੂਪ ਦੇ ਵਿੱਚ ਜਾਂ ਧਾਰਮਿਕ ਸਾਹਿਤ ਜੋ ਸਾਨੂੰ ਆਪਣੇ ਧਰਮ ਦੇ ਬਾਬਤ ਗਿਆਨ ਬਖਸ਼ਿਸ਼ ਕਰਤਾ ਹੋਵੇ ਅੱਜ ਦੀ ਜੋ ਕਿਤਾਬ ਹੈ ਉਹ ਥੋੜੀ ਜਿਹੀ ਖਾਸ ਹੈ ਕਿਉਂਕਿ ਇਹਦਾ ਵਿਸ਼ਾ ਧਰਮ ਦੇ ਨਾਲ ਹੈ ਇੱਕ ਐਸੀ ਵਿਚਾਰਧਾਰਾ ਦੇ ਨਾਲ ਹੈ ਜੋ ਭਾਵੇਂ ਕਿ ਨਵੀਂ ਹੈ ਪਰ ਪੂਰੇ ਵਿਸ਼ਵ ਦੇ ਵਿੱਚ ਉਹ ਜਾਣੀ ਪਛਾਣੀ ਹੈ ਭਾਵ ਗੁਰੂ ਨਾਨਕ ਵਿਚਾਰਧਾਰਾ ਇਹ ਇੱਕ ਧਾਰਮਿਕ ਸਿਰਫ ਦੀ ਕਿਤਾਬ ਹੈ ਅਸੀਂ ਇਹਨੂੰ ਕਹਿ ਸਕਦੇ ਹਾਂ ਵੀ ਗੁਰਮਤ ਵਿਚਾਰਧਾਰਾ ਦੀ ਇੱਕ ਕਿਤਾਬ ਹੈ ਜੇ ਅਸੀਂ ਗੁਰਮਤ ਵਿਚਾਰਧਾਰਾ ਨੂੰ ਸਮਝਣਾ ਹੈ ਕਿ ਜੋ ਰਬੀ ਬਾਣੀ ਹੈ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਵਿੱਚ ਸਾਡੇ ਕੋਲ ਉਹਦੇ ਵਿੱਚ ਕਿਹੜੇ-ਕਿਹੜੇ ਵਿਸ਼ੇ ਹੈਗੇ ਨੇ ਇਹ ਤਾਂ ਜ਼ਿੰਦਗੀ ਦੇ ਹਰ ਵਿਸ਼ੇ ਦੇ ਨਾਲ ਉਹ ਸਾਂਝ ਪਾਉਂਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਪਰ ਇੱਕ ਆਮ ਸਮਝ ਦੇ ਮੁਤਾਬਕ ਇੱਕ ਸੋਖਾ ਢੰਗ ਜੇਕਰ ਦੇਖਣਾ ਹੋਵੇ ਤਾਂ ਉਹ ਇਹ ਕਿਤਾਬ ਦੇ ਰਾਹੀਂ ਸਾਨੂੰ ਛੋਟੇ-ਛੋਟੇ ਸਰਲੇਖ ਜੋ ਗੁਰਮਤਿ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਨੇ ਤੇ ਗੁਰਮਤਿ ਵਿਚਾਰਧਾਰਾ ਦੇ ਸੰਦਰਭ ਦੇ ਵਿੱਚ ਜਾਂ ਗੁਰਬਾਣੀ ਦੇ ਓਟ ਆਸਰੇ ਹੀਟ ਰਹਿੰਦੇ ਹੋયા ਮਨੁੱਖ ਨੇ ਜਿਹੜੀ ਮਨੁੱਖ ਦੀ ਆਪਣੀ ਜੀਵਨ ਜਾਂਚ ਹੈ ਉਹਦੇ ਇਰਦ-ਗਿਰਦ ਗੁਰਬਾਣੀ ਕੀ ਉਪਦੇਸ਼ ਦਿੰਦੀ ਹੈ ਉਹ ਇਸ ਕਿਤਾਬ ਨੂੰ ਪੜ੍ਹਿਆ ਸਾਨੂੰ ਸੁਖੈਣ ਢੰਗ ਨਾਲ ਪਤਾ ਲੱਗਦਾ ਹੈ ਕਿਤਾਬ ਉਤੇ ਚਰਚਾ ਕਰਾਂ ਤਾਂ ਇੱਕ ਇਸ ਕਿਤਾਬ ਦੇ ਜੋ ਲੇਖਕ ਨੇ ਉਹਨੇ ਗਿਆਨੀ ਗੁਰਵਿੰਦਰ ਸਿੰਘ ਕੋਮਲ ਜੋ ਕਿ ਇੱਕ ਲੰਮੇ ਸਮੇਂ ਤੋਂ ਬਤੌਰ ਕਥਾਵਾਚਕ ਬਤੌਰ ਪ੍ਰਚਾਰਕ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਹਿੱਤ ਆਪਣੀਆਂ ਵੱਡੀਆਂ ਸੇਵਾਵਾਂ ਦੇ ਰਿਹਾ। ਇਹ ਉਹਨਾਂ ਦੀ ਲਿਖਤ ਪਲੇਠੀ ਕਿਤਾਬ ਸੀ ਜੋ ਸਾਲ 2005 ਵਿੱਚ ਪ੍ਰਕਾਸ਼ਿਤ ਹੋਈ ਤੇ ਇਸ ਕਿਤਾਬ ਦੇ ਪ੍ਰਕਾਸ਼ਕ ਨੇ ਸਿੰਘ ਬ੍ਰਦਰਸ ਅੰਮ੍ਰਿਤਸਰ ਸਾਹਿਬ ਤੋਂ। ਕਿਤਾਬ ਦਾ ਨਾਮ ਹੈ ਗੁਰੂ ਪਰੋਸਾ ਪ੍ਰਭੂ ਪਰੋਸਾ। ਇਹਦੇ ਤੋਂ ਹੀ ਨਾਮ ਤੋਂ ਹੀ ਪਤਾ ਲੱਗਦਾ ਹੈ ਵੀ ਇਸ ਕਿਤਾਬ ਦੇ ਵਿੱਚ ਕਿੰਨਾਂ ਵਿਸ਼ਿਆਂ ਬਾਬਤ ਗੱਲਬਾਤ ਕੀਤੀ ਹੋਏਗੀ। ਇਹ ਕਰੀਬ 100 ਤੇ 52 ਸਫ਼ਿਆਂ ਦੀ ਕਿਤਾਬ ਹੈ। ਜਿਦੇ ਵਿੱਚ ਲਗਭਗ 24 ਵਿਸ਼ੇ ਨੇ ਜੋ ਗੁਰਮਤਿ ਵਿਚਾਰਧਾਰਾ ਪ੍ਰਤੀ ਸਾਨੂੰ ਸੁਚੇਤ ਕਰਦੇ ਨੇ ਜਾਗਰੂਕ ਕਰਦੇ ਨੇ ਕਿ ਕਿਸ ਕਿਸ ਢੰਗ ਦੇ ਨਾਲ ਮਨੁੱਖਾ ਜ਼ਿੰਦਗੀ ਦਾ ਮਨੋਰਥ ਸਫਲ ਕਰਨ ਦੇ ਵਾਸਤੇ ਸਾਨੂੰ ਗੁਰਮਤਿ ਵਿਚਾਰਧਾਰਾ ਦੇ ਨੇੜੇ ਆਉਣਾ ਚਾਹੀਦਾ ਹੈ ਮੈਂ ਸੰਖੇਪ ਰੂਪ ਦੇ ਵਿੱਚ ਜੇ ਇਹਦੇ ਮੈਂ ਇੰਡੈਕਸ ਦੀ ਗੱਲ ਕਰਾਂ ਤਤਕਰੀ ਦੀ ਵੀ ਕਿਹੜੇ ਕਿਹੜੇ ਵਿਸ਼ੇ ਉਹਦੇ ਵਿੱਚ ਛੋਹੇ ਗਏ ਨੇ ਪਹਿਲਾ ਵਿਸ਼ਾ ਹੀ ਜੋ ਕਿ ਕਿਤਾਬ ਦਾ ਸਿਰਲੇਖ ਹੈ ਟਾਈਟਲ ਹੈ ਉਹਦੇ ਤੋਂ ਕਿਤਾਬ ਦੀ ਸ਼ੁਰੂਆਤ ਹੁੰਦੀ ਹੈ ਔਰ ਉਸ ਤੋਂ ਪਹਿਲਾਂ ਗਿਆਨੀ ਗੁਰਵਿੰਦਰ ਸਿੰਘ ਕੋਮਲ ਜੋ ਕਿ ਇਸ ਕਿਤਾਬ ਦੇ ਲੇਖਕ ਨੇ ਉਹਨਾਂ ਨੇ ਦੋ ਸ਼ਬਦ ਆਪਣੇ ਵੱਲੋਂ ਲਿਖੇ ਨੇ ਭੂਮਿਕਾ ਦੇ ਤੌਰ ਤੇ ਤੇ ਉਸ ਤੋਂ ਪਹਿਲਾਂ ਜਿਹੜਾ ਜ਼ਿਕਰ ਹੈ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਸੰਤ ਸਿੰਘ ਮਸਕੀਨ ਹੁਣਾ ਵੱਲੋਂ ਦੋ ਸ਼ਬਦ ਜਿਹੜੇ ਨੇ ਅਸੀਸ ਦੇ ਰੂਪ ਦੇ ਵਿੱਚ ਇਸ ਕਿਤਾਬ ਦੇ ਬਿਲਕੁਲ ਆਰੰਭ ਦੇ ਵਿੱਚ ਜਿਹੜੇ ਨੇ ਉਹ ਸ਼ਾਮਲ ਕੀਤੇ ਗਏ ਪਹਿਲਾ ਟਾਈਟਲ ਹੀ ਜਿਹੜਾ ਆ ਉਹ ਗੁਰੂ ਭਰੋਸਾ ਪ੍ਰਭੂ ਭਰੋਸਾ ਹੈ ਉਸ ਤੋਂ ਬਾਅਦ ਗੁਰੂ ਨਦਰ ਦੀ ਗੱਲ ਹੈ ਕਿਉਂਕਿ ਨਦਰ ਬਹੁਤ ਵੱਡੀ ਗੱਲ ਹੈ ਨਦਰ ਜਿਹਦੇ ਉੱਤੇ ਹੋਵੇ ਬਖਸ਼ਿਸ਼ ਜਿਹਦੇ ਉੱਤੇ ਹੋਵੇ ਕਿਰਪਾ ਦੀ ਨਜ਼ਰ ਜਿਹਦੇ ਉੱਤੇ ਹੋਵੇ ਮਿਹਰ ਜਿਹਦੇ ਉੱਤੇ ਹੋਵੇ ਉਹਦੀ ਜ਼ਿੰਦਗੀ ਆਪਣੇ ਆਪ ਸੰਭਰ ਜਾਂਦੀ ਹੈ ਪਰ ਨਦਰ ਹਾਸਲ ਕਰਨ ਦੇ ਵਾਸਤੇ ਭਰੋਸਾ ਗੁਰੂ ਦੇ ਵਿੱਚ ਪ੍ਰਭੂ ਦੇ ਵਿੱਚ ਕਾਇਮ ਕਰਨਾ ਪੈਂਦਾ ਹੈ ਉਹਦੇ ਬਾਅਦ ਮਾਪੇ ਗੁਰੂ ਅਤੇ ਪਰਮਾਤਮਾ ਇਹਨਾਂ ਤਿੰਨਾਂ ਦਾ ਸਾਡੇ ਮਨੁੱਖਾ ਜੀਵਨ ਦੇ ਵਿੱਚ ਕੀ ਥਾਂ ਹੈ ਭੁੱਖ ਤੇ ਭਗਤੀ ਫਿਰ ਐਜੀ ਗੁਰਬਾਣੀ ਗਾਵੋ ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ ਫਿਰ ਸਾਰਸਨਾ ਤਨ ਤਨ ਹੈ ਜ਼ੁਬਾਨ ਦੀ ਗੱਲ ਚਾਕਰ ਤੇ ਗੁਲਾਮ ਸ਼ਰਧਾ ਤੇ ਅਸ਼ਰਧਾ ਸਾਖ ਸੁਖਾਲਾ ਅੰਧਾਪਨ ਤੇ ਸੁਜਾਖਾਪਨ ਰੱਖੇ ਰੱਖਣਹਾਰ ਸੱਚਾ ਵਪਾਰ ਕੀ ਹੈ ਮਨੁੱਖ ਇਸ ਸੰਸਾਰ ਦੇ ਵਿੱਚ ਆਇਆ ਵਣਜ ਕਰਨ ਦੇ ਵਿਅਸਤੇ ਆਇਆ ਉਹਨੇ ਕਿਹੜਾ ਵਣਜ ਕਰਨਾ ਹੈ ਕਿਹੜਾ ਵਪਾਰ ਕਰਨਾ ਹੈ ਕਿ ਜਿਹੜਾ ਇਹਾ ਖਾਟ ਚਲੋ ਹਰਲਾਹਾ ਆਗੇ ਬਸਣ ਸੁਹੇਲਾ ਉਹ ਬਣ ਸਕੇ ਫਿਰ ਹੈ ਸੋਣਾ ਤੇ ਜਾਗਣਾ ਈਰਖਾ ਦੀ ਅਗਨੀ ਦੀ ਗੱਲ ਹੈ ਡੁੱਬਣਾ ਤੇ ਤਰਨਾ ਜੋਤ ਤੇ ਜਾਤ ਫਿਰ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਕਿ ਇਹ ਜੋ ਮਨੁੱਖਾ ਜੀਵਨ ਹੈ ਇਹਦੇ ਵਿੱਚ ਹਰ ਮਨੁੱਖ ਦੇ ਵਿੱਚ ਉਸ ਪਰਮਾਤਮਾ ਦੀ ਜੋਤ ਹੈ ਪਰ ਅਸੀਂ ਫਸ ਜਾਂਦੇ ਹਾਂ ਜਾਤ ਦੇ ਵਿੱਚ ਅਸੀਂ ਜੋਤ ਪਛਾਣਨ ਦੀ ਕੋਸ਼ਿਸ਼ ਨਹੀਂ ਕਰਦੇ ਪਰ ਗੁਰਬਾਣੀ ਸੰਦਰਭ ਦੇ ਵਿੱਚ ਇਹ ਸਾਰਾ ਕੁਝ ਇਸ ਕਿਤਾਬ ਦੇ ਰਾਹੀਂ ਸਾਨੂੰ ਬਹੁਤ ਸੁਖਾਂ ਢੰਗ ਨਾਲ ਸਮਝ ਆਉਂਦਾ ਹੈ ਉਸ ਤੋਂ ਬਾਅਦ ਭਗਤੀ ਦਾ ਪ੍ਰਤਾਪ ਕੀ ਹੈ ਗੁਣ ਤੇ ਅਵਗਣ ਕਿਵੇਂ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਆ ਦ੍ਰਿਸ਼ਟੀ ਭੇਦ ਕੀ ਹੈ ਆਸਾ ਕਰੀਏ ਰਾਮ ਕੀ ਤੇ ਮਨ ਦੀ ਭੇਟਾ ਮਨ ਕਿਵੇਂ ਭੇਟ ਕਰਨਾ ਹੈ ਸਤ ਸੰਗਤ ਤੇ ਕੁ ਸੰਗਤ ਦੇ ਕੀ ਪ੍ਰਭਾਵ ਪੈਂਦੇ ਆ ਮੌਤ ਤੋਂ ਜੀਵਨ ਤੱਕ ਤੇ ਆਖਰੀ ਜੋ ਇਹਦਾ ਸਿਰਲੇਖ ਹੈ ਉਹ ਹੈ ਸਫਰ ਤੇ ਮੰਜ਼ਲ ਸੋ ਕੁਲ ਮਿਲਾ ਕੇ ਇਹ ਸਾਰੇ ਹੀ ਵਿਸ਼ੇ ਬਹੁਤ ਦਿਲਚਸਪ ਨੇ ਔਰ ਖਾਸ ਤਿਆ ਕਿ ਇਹ 24 ਵਿਸ਼ੇ ਨਿਭਾਉਣ ਲੱਗੇ ਆ ਲੇਖਕ ਨੇ ਕੋਈ ਕਾਲੀ ਨਹੀਂ ਕੀਤੀ ਬਹੁਤ ਸਹਿਜ ਨਾਲ ਲਿਖਿਆ ਆ ਦੂਸਰੇ ਨੰਬਰ ਤੇ ਕਿ ਪੜਨ ਵਾਲੇ ਦੇ ਵਾਸਤੇ ਇਹ ਬਿਲਕੁਲ ਹੀ ਉਕਾਉ ਜਾਂ ਉਬਾਉ ਨਹੀਂ ਹੈ ਕਾਰਨ ਕੀ ਹੈ ਕਿ ਵਿਸ਼ੇ ਬਹੁਤ ਲੰਬੇਰੇ ਨਹੀਂ ਆ 3 4 5 ਜਾਂ ਹੱਦ 6 ਪੰਨਿਆਂ ਦੇ ਵਿੱਚ ਵਿੱਚ ਇਹ ਵਿਸ਼ੇ ਜੜ ਨੇ ਉਹ ਸਮੇਟ ਲਏ ਗਏ ਨੇ ਔਰ ਆਪਣੇ ਵਿਸ਼ਿਆਂ ਨੂੰ ਸਟੀਕ ਕਰਨ ਦੇ ਵਾਸਤੇ ਜੋ ਗਲਬਤ ਲੇਖਕ ਆਰੰਭ ਦੇ ਵਿੱਚ ਆਪਣੇ ਵਿਸ਼ੇ ਦੇ ਸਰਲੇਖੇਟ ਸ਼ੁਰੂ ਕਰਦਾ ਹੈ ਉਹ ਆਪਣੀ ਗੱਲ ਨੂੰ ਸਟੇਕ ਕਰਨ ਦੇ ਵਾਸਤੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਨ ਬਾਣੀ ਦਾ ਓਟ ਆਸਰਾ ਲੈਂਦਾ ਹੈ ਉਹਦੇ ਵਿੱਚ ਭਗਤ ਕਬੀਰ ਜੀ ਦੇ ਸ਼ਬਦ ਨੇ ਭਗਤ ਰਵਿਦਾਸ ਜੀ ਦੇ ਸ਼ਬਦ ਨੇ ਭਗਤ ਨਾਮਦੇਵ ਜੀ ਦੇ ਸ਼ਬਦ ਨੇ ਜਾਂ ਗੁਰੂ ਸਹਿਬਾਨਾ ਵੱਲੋਂ ਉਚਾਰਨ ਕੀਤੀ ਹੋਈ ਬਾਣੀ ਜਿਹੜੀ ਹੈ ਜਿਹਨੂੰ ਇਸ ਸਮੁੱਚੇ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਬਾਣੀ ਆਖਦੇ ਆ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਆ ਪਰਮਾਨ ਗੁਰਬਾਣੀ ਦੇ ਸਟ੍ਰੀਕ ਜਿਹੜੇ ਕਰਨ ਵਾਸਤੇ ਆਪਣੀ ਗੱਲ ਨੂੰ ਉਹ ਦਿੱਤੇ ਹੋਏ ਨੇ ਔਰ ਬਹੁਤ ਠੁਕਵੇ ਪਰਮਾਨ ਨੇ ਇਹਨਾਂ ਵੀ ਇੱਕ ਵਿਸ਼ਾ ਹੋਰ ਚੱਲ ਰਿਹਾ ਹੈ ਪਰਮਾਨ ਕੋਈ ਹੋਰ ਦੇ ਕੇ ਫਿਰ ਉਹਦੀ ਵਿਆਖਿਆ ਆਰੰਭ ਕੀਤੀ ਗਈ ਬਿਲਕੁਲ ਜੋ ਸਿਰਲੇਖ ਹੈ ਉਸ ਵਿਸ਼ੇ ਨੂੰ ਬਾਖੂਬੀ ਗੁਰਬਾਣੀ ਦੀ ਕਸਵੱਟੀ ਉੱਤੇ ਪਰਖਣ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਤੋਂ ਇਲਾਵਾ ਆਪਣੀ ਗੱਲ ਨੂੰ ਹੋਰ ਵਧੇਰੇ ਢੰਗ ਨਾਲ ਜਾਂ ਹੋਰ ਸੁਖਾਲੇ ਢੰਗ ਨਾਲ ਰੱਖਣ ਵਾਸਤੇ ਜਾਂ ਖਾਸ ਤੌਰ ਤੇ ਆਪਣੀ ਗੱਲ ਨੂੰ ਉਦਾਹਰਨਾ ਸਹਿਤ ਸਮਝਾਉਣ ਦੇ ਵਾਸਤੇ ਜਿਹੜੀ ਹੈ ਉਹ ਨਿੱਜੀ ਉਦਾਹਰਨਾਂ ਦੀ ਵਰਤੋਂ ਘੱਟ ਪਰ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਰਚਿਤ ਵਾਰਾਂ ਦੇ ਵਿੱਚੋਂ ਉਹਨਾਂ ਦੇ ਰਚਿਤ ਕਵਿਤਾਵਾਂ ਦੇ ਵਿੱਚੋਂ ਥਾਂ-ਪੁਰ ਥਾਂ ਜਿਹੜੇ ਨੇ ਠੋਸ ਹਵਾਲੇ ਲਏ ਗਏ। ਉਸ ਤੋਂ ਇਲਾਵਾ ਕੁਝ ਹੋਰ ਗ੍ਰੰਥਾਂ ਦੀ ਜਿਹੜੀ ਹੈ ਮਦਦ ਵੀ ਲਈ ਗਈ ਹੈ। ਉਹਦੇ ਨਾਲ ਕੁਝ ਇੱਕ ਸ਼ਾਇਰਾਂ ਦੇ ਜਿਹੜੇ ਸ਼ੇਅਰ ਸੀ ਜੋ ਬੜੇ ਮਕਬੂਲ ਹੋਏ ਜਾਂ ਜੋ ਕਿਤਨੇ ਕਿਤੇ ਜ਼ਿੰਦਗੀ ਦਾ ਗੁਜਾ ਭੇਦ ਦੱਸਦੇ ਨੇ। ਕਿਤੇ ਕਿਤੇ ਉਹ ਵੀ ਜਿਹੜੇ ਨੇ ਸ਼ਾਮਲ ਕੀਤੇ ਗਏ ਨੇ ਜਿਸ ਦੇ ਨਾਲ ਕਿਤਾਬ ਦੀ ਖੂਬਸੂਰਤੀ ਬਣੀ ਹੈ। ਜਿੱਦ ਨਾਲ ਕਿਤਾਬ ਪਰਭਾਵਸ਼ਾਲੀ ਬਣੀ ਐ ਤੇ ਸਮਝਣ ਦੇ ਵਿੱਚ ਇਹ ਹੋਰ ਵੀ ਜਿਹੜੀ ਐ ਸੁਖੈਣ ਹੋਈ ਐ ਹਰ ਵਿਸ਼ੇ ਨੂੰ ਜਿਵੇਂ ਜ਼ਿਕਰ ਕੀਤਾ ਮਾਪੇ ਪਾਪ ਗੁਰੂ ਤੇ ਪਰਮਾਤਮਾ ਆ ਸੋ ਜੈਸੇ ਮਾਤ ਪਿਤਾ ਬਨ ਬਾਲ ਨਾ ਹੋਈ ਜਾਂ ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇਸ ਸਵਾਰ ਧਰੀ ਸੋ ਇਸ ਤਰ੍ਹਾਂ ਥਾਪੁਰ ਸਾਹਿਬ ਸਤਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚੋਂ ਤੇ ਇਸੇ ਗੱਲ ਨੂੰ ਹੋਰ ਜਿਹੜਾ ਐ ਮਜ਼ਬੂਤ ਕਰਨ ਦੇ ਵਾਸਤੇ ਪਾਈਸਾ ਪਾਈ ਗੁਰਦਾਸ ਜੀ ਦੀ ਵਾਰ ਵਿੱਚੋਂ ਵੀ ਲਿਖਿਆ ਕਿ ਮਾਪਿਓ ਪਰਹਰ ਸੁਣੈ ਵੇਦ ਭੇਦ ਨਾ ਜਾਣੈ ਕਥਾ ਕਹਾਣੀ ਮਾਪਿਓ ਪਰਹਰ ਕਰੈ ਤਪ ਵਣਖੰਡ ਭੁੱਲਾ ਫਿਰੇ ਬਿਬਾਣੀ ਸੋ ਇਸ ਤਰ੍ਹਾਂ ਜਿਹੜਾ ਪਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਜਿਹੜਾ ਹੈ ਉਹ ਵਾਲੇ ਲੈ ਕੇ ਨੇ ਸੋ ਕੁੱਲ ਮਿਲਾ ਕੇ ਗੁਰਮਤ ਗੁਰਬਾਣੀ ਦੀ ਇੱਕ ਸਵੱਟੀ ਨੂੰ ਪਰਖਣ ਦੇ ਵਾਸਤੇ ਇਹ ਕਿਤਾਬ ਵਾਕਈ ਬਹੁਤ ਸ਼ਾਨਦਾਰ ਹੈ ਔਰ ਸਿੱਖ ਪਰਿਵਾਰਾਂ ਨੂੰ ਮੈਂ ਸਮਝਦਾ ਵੀ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ ਕੁਛ ਛੋਟੇ ਛੋਟੇ ਵਿਸ਼ੇ ਨੇ ਤੇ ਬਹੁਤ ਸਾਰੇ ਸਾਡੇ ਜਿਹੜੇ ਮਨ ਅੰਤਰ ਦੇ ਵਿੱਚ ਕਦੇ ਜਾਂ ਅਚੇਤ ਮਨ ਵਿੱਚ ਗੁਰਬਾਣੀ ਪ੍ਰਤੀ ਗੁਰ ਇਤਿਹਾਸ ਪ੍ਰਤੀ ਜਾਂ ਮਨੁੱਖਾ ਜੀਵਨ ਦੇ ਭੇਦ ਪ੍ਰਤੀ ਕੋਈ ਸ਼ੰਕੇ ਕੋਈ ਸਵਾਲ ਪੈਦਾ ਹੋਏ ਹੋਣਗੇ ਜਾਂ ਅਚੇਤ ਮਨ ਵਿੱਚ ਪਏ ਹੋਣਗੇ ਜਿਨ੍ਹਾਂ ਦਾ ਜਵਾਬ ਤਸੱਲੀ ਬਖਸ਼ ਉਹਨਾਂ ਨੂੰ ਕਿਤੋਂ ਨਹੀਂ ਮਿਲਿਆ ਹੋਊਗਾ ਇਸ ਕਿਤਾਬ ਨੂੰ ਪੜਿਆਂ ਉਹ ਆਪਣੇ ਉਸ ਸਵਾਲ ਦੇ ਜਵਾਬ ਦੇ ਬਹੁਤ ਨਜ਼ਦੀਕ ਆ ਜਾਣਗੇ ਤੇ ਉਹ ਇਸ ਭੇਦ ਨੂੰ ਸਮਝਣ ਸਮਝ ਸਕਦੇ ਆ ਕਿ ਗੁਰਬਾਣੀ ਉਹਨਾਂ ਨੂੰ ਕਿਸ ਢੰਗ ਦੇ ਨਾਲ ਕੀ ਕੀ ਉਪਦੇਸ਼ ਦਿੰਦੀ ਹੈ ਮੈਨੂੰ ਨਿੱਜੀ ਤੌਰ ਤੇ ਇਸ ਕਿਤਾਬ ਦਾ ਮਨ ਦੀ ਭੇਟਾ ਵਾਲਾ ਵਿਸ਼ਾ ਬਹੁਤ ਖੂਬਸੂਰਤ ਲੱਗਿਆ ਕਿਉਂਕਿ ਮਨ ਦੀ ਸਾਰੀ ਖੇਡ ਹੈ ਤੇ ਕਿੰਨੇ ਇਹ ਮਨ ਕਰਮਾ ਇਹ ਮਨ ਧਰਮਾ ਇਹ ਮਨ ਪੰਜ ਤਤ ਤੇ ਜਨਮ ਸੋ ਇਹ ਪੰਜੇ ਤਤ ਦੇ ਵਿੱਚ ਹੈਗੇ ਆ ਇਹ ਕਿਹੜਾ ਤਤ ਕਿਹਦੇ ਵੱਲੇ ਭਾਰੂ ਹੋ ਜਾਂਦਾ ਜਦ ਮਨ ਕਿਹੜੇ ਪਾਸੇ ਕਦੋਂ ਉਲਾਰ ਹੋ ਜਾਂਦਾ ਇਹਦਾ ਕੁਝ ਕਿਹਾ ਨਹੀਂ ਜਾ ਸਕਦਾ ਹੁੰਦਾ ਤੇ ਬੜਾ ਸੋਹਣਾ ਸੁੰਦਰ ਸ਼ਬਦ ਹੈ ਵੀ ਪਰਮਾਤਮਾ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ ਉਹਦੇ ਅੱਗੇ ਕਿਹੜੀ ਭੇਟਾ ਰੱਖੀ ਜਾ ਸਕਦੀ ਹੈ ਕਿਉਂਕਿ ਜਿਹੜਾ ਬਹੁਤ ਅਮੀਰ ਹੈ ਸਿਖਰਲੀ ਪੌੜੀ ਤੇ ਬੈਠਾ ਹੈ ਤੁੰਨ ਦੌਲਤ ਹੈ ਜਿਹਦੇ ਕੋਲ ਉਹ ਕੁਝ ਨਹੀਂ ਹੈ ਉਹ ਆਪਣੇ ਨੂੰ ਗਰੀਬ ਸਮਝਦਾ ਹੈ ਕਿ ਮੈਂ ਪਰਮਾਤਮਾ ਅੱਗੇ ਕੀ ਭੇਟ ਕਰਾਂ ਵੈਸੇ ਜਿਹੜਾ ਗੁਰਬਾਣੀ ਦੀ ਗੱਲ ਕਰਦਾ ਹੈ ਜਿਹੜਾ ਸਾਨੂੰ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਜੋੜਦਾ ਹੈ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਉਹਨੂੰ ਕੁਝ ਨਹੀਂ ਦੇ ਸਕਦਾ ਕੀ ਦਵਾ ਜੋ ਜੈ ਸਾਹਿਬ ਕੀ ਬਾਤ ਜਾਖੇ ਕੋ ਨਾਨਕ ਕਿਆ ਦੀਜੈ ਸੀਸ ਵੱਡੈ ਕਰ ਵਸਣ ਦੀਜੈ ਵਿੰਸਰ ਸੇਵਕ ਰੀਜੈ ਉਹਦੇ ਨਾਲ ਦੇ ਨਾਲ ਫਿਰ ਜਵਾਬ ਵੀ ਗੁਰਬਾਣੀ ਵਿੱਚੋਂ ਮਿਲਦਾ ਵੀ ਆਖਿਰ ਕੋਈ ਚੀਜ਼ ਤਾਂ ਹੋਏਗੀ ਨਾ ਜਿੱਤੋਂ ਉਹ ਪ੍ਰਸੰਨ ਹੁੰਦਾ ਆ ਪਰਮਾਤਮਾ ਅਕਾਲ ਪੁਰਖ ਅੱਲਾਹ ਤਾਲਾ ਉਹ ਕੀ ਟੰਗ ਹੈਗਾ ਆ ਭਾਵੇਂ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਇਹੋ ਜੇ ਥਾਂ-ਪੁਰ ਥਾਂ ਸਾਨੂੰ ਪ੍ਰਮਾਣ ਮਿਲ ਜਾਂਦੇ ਆ ਭਗਤ ਕਬੀਰ ਜੀ ਦਾ ਬੜਾ ਸੁੰਦਰ ਸ਼ਬਦ ਇੱਥੇ ਸ਼ਾਮਲ ਕੀਤਾ ਗਿਆ ਕਿ ਕੰਚਨ ਸਿਉਂ ਪਾਈ ਹੈ ਨਹੀਂ ਤੋਲ ਮਨ ਦੇ RAM ਲਿਆ ਹੈ ਮੋਲ ਉਹਨੂੰ ਮਨ ਪੇਟ ਕਰਨਾ ਪੈਂਦਾ ਭਗਤ ਕਬੀਰ ਜੀ ਦੇ ਸ਼ਬਦ ਹੈ ਭਾਵੇਂ ਗੁਰੂ ਅਮਰਦਾਸ ਬਾਦਸ਼ਾਹ ਵੀ ਰਾਮਕਲੀ ਦੇ ਵਿੱਚ ਰਾਗ ਰਾਮਕਲੀ ਵਿੱਚ ਅਨੰਦ ਸਬਦੀ ਬਾਣੀ ਵਿੱਚ ਹੀ ਉਹ ਕਹਿੰਦੇ ਨੇ ਕਿ ਸਾਰਾ ਕੁਝ ਜਿਹੜਾ ਹੈ ਉਹ ਪ੍ਰਮਾਤਮਾ ਨੂੰ ਸੌਂਪ ਦੇਣਾ ਚਾਹੀਏ ਕੰਨਾਂ ਦੀ ਗੱਲ ਹੈ ਚਿਹਰਸਨਾ ਦੀ ਗੱਲ ਹੈ ਚਾਹੇ ਅੱਖਾਂ ਦੀ ਗੱਲ ਹੈ ਇਹ ਪ੍ਰਮਾਤਮਾ ਨੂੰ ਬਖਸ਼ਿਸ਼ ਕਰ ਦੇਣਾ ਹੈ ਫਿਰ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਇਹ ਇੱਕ ਢੰਗ ਤਰੀਕਾ ਹੈਗਾ ਜੋ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹਿਆ ਸਾਨੂੰ ਰਸਤਾ ਮਿਲਦਾ ਪਰ ਸੁਖਹਿਨ ਢੰਗ ਜਿਹੜਾ ਆ ਉਹ ਇਸ ਕਿਤਾਬ ਦੇ ਰਹੀਂ ਬਹੁਤ ਸੁਖਹਿਨ ਢੰਗ ਵਰਤਿਆ ਗਿਆ ਕਿ ਤੁਸੀਂ ਸਾਦੀ ਪੰਜਾਬੀ ਵਿੱਚ ਪੜ੍ਹਦੇ-ਪੜ੍ਹਦੇ ਗੁਰਬਾਣੀ ਨਾਲ ਜੁੜਦੇ-ਜੁੜਦੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਪ੍ਰਾਪਤ ਕਰਦੇ ਹੋ ਤੇ ਗੁਰਬਾਣੀ ਵਿਚਾਰਤਾਰਾ ਪ੍ਰਤੀ ਵੀ ਚੰਗੀ ਤਰ੍ਹਾਂ ਜਾਣੂ ਹੁੰਦੇ ਹੋ ਪਰਪੱਕਤਾ ਦੇ ਨਾਲ ਜਾਣੂ ਹੁੰਦੇ ਹੋ ਕੁੱਲ ਮਿਲਾ ਕੇ ਇਹ ਕਿਤਾਬ ਵਾਕਈ ਪੜਨਯੋਗ ਹੈ ਮੈਂ ਜ਼ਰੂਰ ਰეკਮੈਂਡ ਕਰਾਂਗਾ ਸਿੱਖ ਪਰਿਵਾਰਾਂ ਨੂੰ ਕਿ ਇਹੋ ਜਿਹੀਆਂ ਕਿਤਾਬਾਂ ਸਾਡੇ ਘਰ ਵਿੱਚ ਹੋਣੀਆਂ ਚਾਹੀਦੀਆਂ ਇਹੋ ਜਿਹੀਆਂ ਕਿਤਾਬਾਂ ਦਾ ਆਸਰਾ ਲੈ ਕੇ ਆਪਣੇ ਬੱਚਿਆਂ ਨੂੰ ਧਰਮ ਦੀ ਸਿੱਖਿਆ ਸੋਖਿਆ ਦਿੱਤੀ ਜਾ ਸਕਦੀ ਹੈ ਸੋ ਉਮੀਦ ਕਰਦਾ ਕਿਤਾਬ ਉੱਤੇ ਕੀਤੀ ਚਰਚਾ ਆਪ ਜੀ ਨੂੰ ਚੰਗੀ ਲੱਗੀ ਹੋਵੇਗੀ ਆਖਿਰ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿਤਾਬ ਦਾ ਨਾਮ ਸੀਗਾ ਗੁਰੂ ਪਰੋਸਾ ਪ੍ਰਭ ਪਰੋਸਾ ਲੇਖਕ ਗਿਆਨੀ ਗੁਰਵਿੰਦਰ ਸਿੰਘ ਕੋਮਲ ਪ੍ਰਕਾਸ਼ਕ ਸਿੰਘ ਬਰਦਰਸ ਅੰਮ੍ਰਿਤਸਰ ਕੁੱਲ 152 ਪੰਨੇ ਤੇ ਤਕਰੀਬਨ 24 ਸਰਲੇਖ ਨੇ ਜੋ ਇਸ ਕਿਤਾਬ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਸੋ ਮਿਲਦੇ ਹਾਂ ਅਗਲੇ ਐਪੀਸੋਡ ਵਿੱਚ ਇੱਕ ਹੋਰ ਨਵੀਂ ਕਿਤਾਬ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ